ਰਾਹੁਲ ਜੀ ਇਹਨਾਂ ਦਾ ਵੱਡਾ ਬੇਟਾ, ਮੈਂ ਛੋਟਾ ਹੁੰਦੇ ਤੋਂ ਉਹ ਕਰਦਾ ਨਸ਼ਾ ਪੱਤਾ ਬੜਾ, ਤੇ ਉਹ ਇਹਨਾਂ ਨਾਲ ਝਗੜਾ ਝੁਗੜਾ ਬੜਾ ਕਰਦਾ, ਪੰਗ ਬੜਾ ਕਰਦਾ ਸੀ। ਪਹਿਲਾਂ ਵੀ ਕਾਫੀ ਕੁਝ ਨੁਕਸਾਨ ਕਰ ਚੁੱਕਾ, ਅੱਜ ਵੀ ਹੁਣ 4-5 ਦਿਨ ਹੋ ਗਏ ਇਹੋ ਕੁਝ ਪੈਲੀ ਵਿਚ ਨੀ ਮੈਨੂੰ ਦੋ ਇਹ ਆਦੇ ਮੈਂ ਨੀ ਲਿਖ ਕੇ ਦੇਣੀ। ਕਿੰਨੀ ਕੁ ਜ਼ਮੀਨ ਦਾ ਮਸਲਾ? ਜ਼ਮੀਨ ਦਾ ਮਸਲਾ ਹੈ ਵੀ ਜਿਵੇਂ ਮੈਨੂੰ 2 ਮਹੀਨਿਆਂ ਵਿੱਚ ਦੇ ਦੇਣ ਕੋਈ ਨਾ ਕੋਈ ਵੇਚਣ ਨੂੰ। ਅੱਛਾ, ਨਸ਼ੇ ਕਰਕੇ? ਹਾਂਜੀ ਹਾਂਜੀ, ਠੀਕ ਹੈ। ਅੱਜ ਵੀ ਲੜ ਕੇ ਗਿਆ ਘਰੋਂ ਤੇ ਮੈਂ ਤੁਹਾਨੂੰ ਮਾਰ ਦੇਣਾ। ਅੱਧੇ ਘੰਟੇ ਬਾਅਦ ਰਫਲ ਲੈ ਕੇ ਆਇਆ, ਪਤਾ ਨੀ ਕਿੱਥੋਂ ਪਿੰਡਾਂ ਫੈਰ ਮੇਰੇ ਮਾਰੇ ਨੇ, ਇਹ ਮੈਨੂੰ ਖਿੱਚਣ ਪੈ ਗਏ ਜਿਵੇਂ ਇਹਨਾਂ ਨੇ ਵਾਦੀ। ਤੁਹਾਡੇ ਵੱਜੀ ਕਿਤੇ? ਮੇਰੇ ਆ ਇੱਥੋਂ ਖਹਿ ਕੇ ਲੱਗੀ, ਪਤਾ ਨੀ ਕਿੱਥੋਂ ਲੈ ਗਿਆ 12 ਮੋਰਾ। ਕਿਸੇ ਹੋਰ ਦੀ ਚਰਚ ਨਹੀਂ ਹੈਗਾ ਕੋਈ? ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਕੋਈ? ਹਥਿਆਰ ਨਹੀਂ? ਹਾਂਜੀ ਹਾਂਜੀ। ਤੇ ਕਿਸੇ ਹੋਰ ਦੀ ਯਾਰ ਦੋਸਤ ਦੀ ਜਾਂ ਕਿਤੋਂ ਚੱਕ ਲਿਆ ਕੋਈ ਪਤਾ ਨਹੀਂ ਕਿੱਥੋਂ ਰਿਹਾ? ਨਸ਼ੇੜੀ ਪੁੱਤ ਨੇ ਆਪਣੀ ਹੀ ਮਾਂ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ। ਜਾਣਕਾਰੀ ਮੁਤਾਬਿਕ ਇਸ ਮਾਂ ਦਾ ਵੱਡਾ ਮੁੰਡਾ ਨਸ਼ੇੜੀ ਸੀ ਤੇ ਆਪਣੀ ਮਾਂ ਨੂੰ ਜ਼ਮੀਨ ਵੇਚਣ ਦੇ ਲਈ ਰੋਜ਼ ਤੰਗ ਪਰੇਸ਼ਾਨ ਕਰਦਾ ਸੀ। ਜਦ ਉਸਦੀ ਮਾਂ ਨੇ ਉਸਨੂੰ ਜ਼ਮੀਨ ਦੇਣ ਤੋਂ ਮਨਾ ਕਰ ਦਿੱਤਾ ਤੇ ਉਸਨੇ ਆਪਣੀ ਮਾਂ ਨੂੰ 12 ਬੋਰ ਦੀ ਬੰਦੂਕ ਦੇ ਨਾਲ ਗੋਲੀ ਮਾਰ ਦਿੱਤੀ। ਤੇ ਇਹ ਕਾਰਨ ਕੀ ਬਣਿਆ ਇਸ ਚੀਜ਼ ਦਾ? ਰਾਹੁਲ ਜੀ ਇਹਨਾਂ ਦਾ ਵੱਡਾ ਬੇਟਾ, ਮੈਂ ਛੋਟਾ ਹੁੰਦੇ ਤੋਂ ਉਹ ਕਰਦਾ ਨਸ਼ਾ ਪੱਤਾ ਬੜਾ। ਮਨਜੀਤ ਸਿੰਘ? ਅੱਛਾ ਜੀ। ਤੇ ਉਹ ਇਹਨਾਂ ਨਾਲ ਝਗੜਾ ਝੁਗੜਾ ਬੜਾ ਕਰਦਾ, ਪੰਗ ਬੜਾ ਕਰਦਾ ਸੀ। ਪਹਿਲਾਂ ਵੀ ਕਾਫੀ ਕੁਝ ਨੁਕਸਾਨ ਕਰ ਚੁੱਕਾ, ਕਿਹੜਾ ਮਾਰਦਾ ਕੁੱਟਦਾ ਚਲੋ ਜਿਵੇਂ ਮਰਜ਼ੀ ਨੀ, ਮੈਨੂੰ ਇਹਨਾਂ ਪਿੱਛੇ ਵੱਖਰਾ ਕੀ ਬਣਾਇਆ ਕਰੋ, ਮੈਂ ਵੱਖਰੇ ਘਰ ਵਾਲਾ। ਅੱਜ ਵੀ 4-5 ਦਿਨ ਹੋ ਗਏ ਇਹੋ ਕੁਝ ਪੈੜੀ ਵਿੱਚ ਨੀ ਮੈਨੂੰ ਦੋ ਇਹ ਮੈਂ ਨੀ ਲਿਖ ਕੇ ਦੇਣੀ। ਕਿੰਨੀ ਕੁ ਜ਼ਮੀਨ ਦਾ ਮਸਲਾ? ਜ਼ਮੀਨ ਦਾ ਮਸਲਾ ਹੈ ਵੀ ਜਿਵੇਂ ਮੈਨੂੰ 2 ਮਹੀਨਿਆਂ ਵਿੱਚ ਦੇ ਦੇਣ ਕੋਈ ਨਾ ਕੋਈ ਵੇਚਣ ਨੂੰ। ਅੱਛਾ, ਨਸ਼ੇ ਕਰਕੇ? ਹਾਂਜੀ ਹਾਂਜੀ, ਠੀਕ ਹੈ। ਅੱਜ ਵੀ ਲੜ ਕੇ ਗਿਆ ਘਰੋਂ ਤੇ ਮੈਂ ਤੁਹਾਨੂੰ ਮਾਰ ਦੇਣਾ। ਅੱਧੇ ਘੰਟੇ ਬਾਅਦ ਰਫਲ ਲੈ ਕੇ ਆਇਆ, ਪਤਾ ਨੀ ਕਿੱਥੋਂ ਪਹਿਲਾਂ ਫੈਰ ਮੇਰੇ ਮਾਰੇ ਨੇ, ਇਹ ਮੈਨੂੰ ਖਿੱਚਣ ਪੈ ਗਏ ਜਿਵੇਂ ਤੇ ਇਹਨਾਂ ਨੇ ਵਾਦੀ। ਤੁਹਾਡੇ ਵੱਜੀ ਕਿਤੇ? ਮੇਰੇ ਆ ਇੱਥੋਂ ਖਹਿ ਕੇ ਲੱਗੀ, ਪਤਾ ਨੀ ਕਿੱਥੋਂ ਲੈ ਗਿਆ 12 ਮੋਰਾ। ਕਿਸੇ ਹੋਰ ਦੀ ਚਰਚ ਨਹੀਂ ਹੈਗਾ ਕੋਈ? ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਕੋਈ? ਹਥਿਆਰ ਨਹੀਂ? ਹਾਂਜੀ ਹਾਂਜੀ। ਕਿਸੇ ਹੋਰ ਦੀ ਯਾਰ ਦੋਸਤ ਦੀ ਜਾਂ ਕਿਤੋਂ ਚੱਕ ਲਿਆ ਕੋਈ ਪਤਾ ਨਹੀਂ ਕਿੱਥੋਂ ਰਿਹਾ? ਹੁਣ ਕੀ ਕਿੱਥੇ ਲੈ ਕੇ ਜਾ ਰਹੇ ਹੋ? ਹੁਣ ਫਰੀਦਕੋਟ ਚੱਲੇ ਜੀ, ਪਹਿਲਾਂ ਬਹੁ ਗਿਆ।